ਪਰਮਾਤਮਾ ਤੱਤਵ ਉਹ ਅਨੰਤ ਜੀਵਨ ਹੈ ਉਹ ਸਰਵ ਵਿਆਪਕ ਚੇਤਨ ਆਤਮਾ ਅਤੇ ਉਹ ਸਭ ਤੋਂ ਉੱਚ ਸ਼ਕਤੀ ਹੈ ਜੋ ਇਸ ਸੰਸਾਰ ਦੇ ਪਿੱਛੇ ਅਧਿਕ ਰੂਪ ਵਿੱਚ ਕੰਮ ਕਰਦੀ ਹੈ ਇਸ ਨੂੰ ਨੇਮਬੱਧ ਅਤੇ ਨਿਯੰਤਰਿਤ ਕਰਦੀ ਹੈ ਜਿਸ ਤੋਂ ਦ੍ਰਿਸ਼ਮਾਨ ਜੀਵਨ ਹਮੇਸ਼ਾ ਆਉਂਦਾ ਹੈ ਅਤੇ ਸਦਾ ਆਉਂਦਾ ਰਹੇਗਾ ਇਹ ਅਨੰਤ ਬੇਹੱਦ ਅਤੇ ਅਨਾਦੀ ਗਿਆਨ ਅਤੇ ਸ਼ਕਤੀ ਭੰਡਾਰ ਨਾਲ ਸੰਬੰਧ ਕਾਇਮ ਹੋ ਜਾਣ ਨਾਲ ਸਧਾਰਨ ਮਨੁੱਖ ਅਸਧਾਰਨ ਬਣ ਜਾਂਦਾ ਹੈ ਅਤੇ ਆਪਣੇ ਅਸਲ ਸਰੂਪ ਨੂੰ ਜਾਣਨ ਵਾਲਾ ਬਣ ਜਾਂਦਾ ਹੈ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰ્ય ਪੁਸਤਕ ਦਾ ਨਾਮ ਨਿਯਮਕ ਸੱਤਾ ਦਾ ਨਿਯੰਤਰਣ ਨਾ ਤੋੜੀਏ ਪੁਸਤਕ ਦੀ ਜਾਣਕਾਰੀ ਇਸ ਸੰਸਾਰ ਵਿੱਚ ਜੜ ਅਤੇ ਚੇਤਨ ਪਦਾਰਥਾ ਦੇ ਵਿਚਕਾਰ ਗੂੜਾ ਸੰਬੰਧ ਕਾਇਮ ਹੈ ਅਤੇ ਚੇਤਨ ਪ੍ਰਾਣੀ ਨਿਰੰਤਰ ਪ੍ਰਗਤੀ ਦੀ ਰਾਹਤੇ ਚਲਦੇ ਹੋਏ ਆਪਣੇ ਆਪ ਨੂੰ ਬਦਲਦੇ ਰਹਿੰਦੇ ਹਨ ਉਹਨਾਂ ਦੀ ਇਸ ਪ੍ਰਗਤੀ ਨੂੰ ਵਿਗਿਆਨ ਦੀ ਭਾਸ਼ਾ ਵਿੱਚ ਵਿਕਾਸ ਦੀ ਉਪਾਦੀ ਦਿੱਤੀ ਗਈ ਹੈ ਜੋ ਕਿ ਜੈਨੇਟਿਕਸ ਦੇ ਅੰਤਰਗਤ ਇੱਕ ਖੋਜ ਦਾ ਵਿਸ਼ਾ ਹੈ ਪਰ ਅੱਜ ਤੱਕ ਵਿਗਿਆਨੀ ਇਹ ਨਹੀਂ ਸਮਝ ਸਕੇ ਕਿ ਪ੍ਰਾਣੀਆਂ ਦੇ ਵਿਕਾਸ ਅਤੇ ਉਹਨਾਂ ਦੇ ਜੜ ਪਦਾਰਥਾਂ ਨਾਲ ਸੰਬੰਧ ਦੇ ਪਿੱਛੇ ਕੀ ਭੇਦ ਹੈ ਸ੍ਰਿਸ਼ਟੀ ਦੀ ਇਸ ਵਿਧੀ ਵਿਵਸਥਾ ਨੂੰ ਦੇਖ ਕੇ ਮਨ ਵਿੱਚ ਬਹੁਤ ਸਵਾਲ ਉੱਠਦੇ ਹਨ ਜਿਵੇਂ ਕਿ ਪ੍ਰਾਣੀਆਂ ਦਾ ਮਨ ਸਰੀਰਿਕ ਦਸ਼ਾ ਦੂਰ ਦੇ ਗ੍ਰਹਿ ਨਿਸ਼ਚਤਰਾ ਦੇ ਵਿद्युत ਚੁੰਬਕੀ ਖੇਤਰਾ ਵਿੱਚ ਉਤਰਾ ਚੜਾਵ ਤੋਂ ਪ੍ਰਭਾਵਿਤ ਹੁੰਦੀ ਹੈ ਕੀ ਸਰੀਰ ਦਾ ਅੰਤ ਹੋ ਜਾਂਦੇ ਜੀਵਨ ਦਾ ਅੰਤ ਹੋ ਜਾਂਦਾ ਹੈ ਕਿ ਚੇਤਨਾ ਹੀ ਨਜ਼ਾਰੇ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ਕਸ਼ਟ ਕਲੇਸ਼ ਅਤੇ ਦੁੱਖਾਂ ਤੋਂ ਮੁਕਤੀ ਕਿਵੇਂ ਸੰਭਵ ਹੈ ਅਤੇ ਮੋਕਸ਼ ਦਾ ਰਹੱਸ ਕੀ ਹੈ ਗਿਆਨ ਦਾ ਆਤਮਿਕ ਜੀਵਨ ਦਾ ਸਰੂਪ ਕੀ ਹੈ ਚਿੱਤ ਦੀ ਸ਼ੁੱਧਤਾ ਦੇ ਲੱਛਣ ਕੀ ਹਨ ਕਿ ਨਿਰਲੇਪਤਾ ਲਈ ਜ਼ਰੂਰੀ ਬ੍ਰह्म ਵਿੱਦਿਆ ਦੇ ਤਤ ਕੀ ਹਨ ਪਰਮਾਤਮਾ ਦੀਆਂ दैवी ਸ਼ਕਤੀਆਂ ਦਾ ਪ੍ਰਗਟਾਵਾ ਮਨੁੱਖੀ ਜੀਵਨ ਵਿੱਚ ਕਿਵੇਂ ਹੁੰਦਾ ਹੈ ਈਸ਼ਵਰ ਦੇ ਹੁਕਮ ਕੀ ਹਨ ਵਿਦਿਆ ਦਾ ਸਰੂਪ ਕੀ ਹੈ ਇੰਨਾ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜੋ ਸ਼੍ਰਿਸ਼ਟੀ ਦੇ ਨਿਯਾਮਕ ਸੱਤਾ ਅਤੇ ਉਸ ਦੀ ਵਿਧੀ ਵਿਵਸਥਾ ਨੂੰ ਵਿਗਿਆਨਕ ਰੂਪ ਤੋਂ ਸਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਦੀ ਹੈ ਅਤੇ ਦੱਸਦੀ ਹੈ ਕਿ ਸਾਡੇ ਲਈ ਸ੍ਰੇਸ਼ਟ ਇਹ ਹੈ ਕਿ ਅਸੀਂ ਉਸ ਨਿਯਾਮਕ ਸੱਤਾ ਦੇ ਹੁਕਮ ਦੀ ਪਾਲਣਾ ਕਰੀਏ ਪੁਸਤਕ ਦੇ ਕੁਜੰ ਅਨੂ ਅਣੂ ਦਾ ਮੂਲ ਆਧਾਰ ਉਹ ਪਰਮਾਤੀ ਹੈ ਜੋ ਜੀਵਾਤਮਾ ਹੈ ਉਹੀ ਪਰਮਾਤਮਾ ਅਤੇ ਜੋ ਪਰਮਾਤਮਾ ਹੈ ਉਹੀ ਜੀਵਾਤਮਾ ਇਸ ਸਚਾਈ ਨੂੰ ਜਾਣ ਲੈਣਾ ਹੀ ਆਤਮ ਗਿਆਨ ਹੈ ਗਿਆਨ ਦੇ ਨਾਲ ਸ਼ਕਤੀ ਦਾ ਅਟੁੱਟ ਸੰਬੰਧ ਹੈ ਜਿਸ ਨੂੰ ਆਪਣੇ ਪ੍ਰਤੀ ਸਰਵ ਸ਼ਕਤੀਮਾਨ ਦਾ ਅਨੁਭਵ ਹੁੰਦਾ ਹੈ ਅਤੇ ਜਿਸ ਨੂੰ ਨਿਰਬਲਤਾ ਮਹਿਸੂਸ ਹੁੰਦੀ ਹੈ ਉਹ ਨਿਰਬਲ ਬਣ ਜਾਂਦਾ ਹੈ ਅਤੇ ਅਤੇ ਉਸੇ ਅਨੁਸਾਰ ਉਸਦਾ ਜੀਵਨ ਪ੍ਰਗਟ ਹੁੰਦਾ ਹੈ ਜੀਵਨ ਇੱਕ ਅਨੰਤ ਤੇ ਨਿਰਵਿਘਨ ਪ੍ਰਵਾਹ ਹੈ ਮਨ ਹੀ ਪ੍ਰਤੱਖ ਵਸਤੂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਪਦਾਰਥ ਦੀ ਵਾਈਬ੍ਰੇਸ਼ਨ ਅਤੇ ਇੰਦਰੀਆਂ ਦੀ ਗ੍ਰਹਿਣ ਸ਼ਕਤੀ ਦੀ ਜੋ ਪ੍ਰਤੀਕਿਰਿਆ ਬਨੁਖ ਦੇ ਦਿਮਾਗ ਤੇ ਹੁੰਦੀ ਹੈ ਉਸੇ ਦੀ ਛਾਇਆ ਪ੍ਰਤੱਖ ਦਿਖਾਈ ਦਿੰਦੀ ਹੈ ਮੁਕਤੀ ਦਾ ਆਨੰਦ ਸਥਾਈ ਸਥਿਰ ਅਟੁੱਟ ਬਰਾਬਰ ਪਰਮਾਤਮਾ ਦੀ ਅਨੰਤ ਕਿਰਪਾ ਮਿਲਦੀ ਰਹਿੰਦੀ ਹੈ ਅਧਿਆਤਮਿਕ ਪ੍ਰਗਤੀ ਦਾ ਮੂਲ ਆਧਾਰ ਅੰਤੇ ਕਰਨ ਦੀ ਨਿਰਮਲਤਾ ਹੈ ਮਨ ਦੀ ਸ਼ੁੱਧਤਾ ਦਾ ਮੁੱਖ ਕਾਰਨ ਹੈ ਨੀ स्वार्थ ਪ੍ਰਸਾਦ ਵਿਚਾਰ ਭਾਵ ਅਤੇ ਕ੍ਰਿਆ ਵਿੱਚ ਬਹੁਤ ਸੁਖਮ ਗ੍ਰੈਂਡਸ਼ੀਲਤਾ ਰੱਖਦੇ ਹੋਏ ਦੁਨਿਆਵੀ ਵਾਸਨਾਵਾਂ ਦੇ ਪ੍ਰਤੀ ਨਿਰਪੱਖ ਮੰਦਾ ਨਿਰਲੇਪਤਾ ਹੈ ਤ્યાਗ ਆਤਮ ਸ਼ੁੱద్ధి ਅਤੇ ਆਤਮ ਗਿਆਨ ਦੇ ਰਾਹੀਂ ਈਸ਼ਵਰ ਦੀ ਪ੍ਰਤੱਖ ਅਨੁਭੂਤੀ ਕੀਤੀ ਜਾ ਸਕਦੀ ਹੈ ਵਿਦਿਆ ਦਾ ਸਰੂਪ ਹੈ ਵਿਚਾਰਨਾ ਅਤੇ ਭਾਵਨਾ ਦੇ ਸਤਰ ਨੂੰ ਉੱਚ ਪੱਧਰੀ ਬਣਾਉਣ ਵਾਲਾ ਗਿਆਨ ਅਤੇ ਅਭਿਆਸ ਪੁਸਤਕ ਦੇ ਕੁਝ ਬਿੰਦੂ ਨਿਯਾਮਕ ਸੱਤਾ ਦਾ ਸਰੂਪ ਜਾਣੋ ਅਤੇ ਸਮਝੋ ਇਸ ਸੰਸਾਰ ਦੀ ਵਾਦਾ ਸਮਝਿਏ ਆਪਣੇ ਆਪ ਨੂੰ ਜਾਨੋ ਅਤੇ ਆਤਮ ਸ਼ਕਤੀ ਨੂੰ ਪਛਾਨੋ ਜੀਵਨ ਨੂੰ ਮਹਾਨ ਬਣਾਉਣ ਵਾਲੀ ਭੈਮ ਵਿਦਿਆ